ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ। ਯੋਗ ਆਫ ਦੀ ਡੇ ਜੀ ਕੋਸ਼ਿਸ਼ਾਂ ਸੁਣ ਲਓ। ਇੱਕ ਜਵਾਈ ਆਪਣੇ ਸਹੁਰੇ ਘਰ ਗਿਆ ਅਤੇ ਵੋਢੀ ਜੇ ਸਹੁਰੇ ਘਰ ਹੀ ਸੀ ਅਤੇ ਇਹਨੇ ਜਿਹੜਾ ਆਪਣੇ ਜ਼ਰੂਰੀ ਕੰਮ ਵਾਪਸ ਆਉਣਾ ਸੀ ਅਤੇ ਜਾਣ ਲੱਗਿਆਂ ਸੱਸ ਨੂੰ ਪੈਰੀ ਪੁਣਾ ਕਰਦਾ ਅਤੇ ਕਹਿੰਦਾ ਤੁਹਾਡੀ ਧੀ ਵਿੱਚ ਹਜ਼ਾਰਾਂ ਨੁਕਸ ਨੇ। ਅਤੇ ਸੱਸ ਹੀ ਬੜੀ ਸਿਆਣੀ ਸੀ, ਉਹਨੇ ਜਵਾਈ ਦੇ ਸਿਰ 'ਤੇ ਹੱਥ ਰੱਖਿਆ ਅਤੇ ਸ਼ੀਰਾ ਦਿੱਤੀ, ਇਸ ਲਈ ਉਹਨੂੰ ਚੰਗਾ ਪਤੀ ਨਹੀਂ ਮਿਲਿਆ। ਇੱਕ ਘਰ ਵਾਲਾ ਆਪਣੀ ਘਰਵਾਲੀ ਨੂੰ ਕਹਿੰਦਾ ਤੇਰੇ ਪਿਓ ਦੀ ਜ਼ਖਮਾਂ 'ਤੇ ਨਮਕ ਛਿੜਕਣ ਦੀ ਆਦਤ ਨਹੀਂ ਗਈ। ਕਹਿੰਦੀ ਮੈਨੂੰ ਸਮਝ ਨਹੀਂ ਆਉਂਦੀ ਹੁਣ ਐਸਾ ਕੀ ਕਹਿਤਾ ਨੇ। ਕਹਿੰਦਾ ਮੈਨੂੰ ਕੱਲ ਪੁੱਛ ਰਿਹਾ ਸੀ ਮੇਰੀ ਧੀ ਨਾਲ ਵਿਆਹ ਕਰਾ ਕੇ ਖੁਸ਼ ਤਾਂ ਹੈ ਨਾ। ਇੱਕ ਹੋਰ ਚੁਟਕਲਾ ਸੁਣ ਲਓ। ਇੱਕ ਸਹੁਰਾ ਆਪਣੇ ਜਵਾਈ ਨੂੰ ਫੋਨ ਕਰਦਾ ਤੈਨੂੰ ਹੀਰਿਆਂ ਵਰਗੀ ਮੋਤੀਆਂ ਵਰਗੀ ਜਵਾਹਰਾਤਾਂ ਵਰਗੀ ਧੀ ਦਿੱਤੀ ਹੈ ਤੈਨੂੰ। ਕਹਿੰਦਾ ਸਭ ਕੁਝ ਠੀਕ ਹੈ, ਵਾਪਸ ਕਿੰਨੇ 'ਚ ਲਓਗੇ? ਇੱਕ ਹੋਰ ਚੁਟਕਲਾ ਸੁਣ ਲਓ। ਇੱਕ ਸਹੁਰਾ ਆਪਣੇ ਜਵਾਈ ਨੂੰ ਫੋਨ ਕਰਦਾ ਵੇ ਪੁੱਤਰਾ ਮੇਰੀ ਧੀ ਨਾਲ ਵਿਆਹ ਕਰਾ ਕੇ ਖੁਸ਼ ਤਾਂ ਹੈ ਨਾ। ਕਹਿੰਦਾ ਮੈਂ ਤਾਂ ਖੁਸ਼ ਹਾਂ, ਮੇਰੀ ਛੱਡੋ, ਤੁਹਾਡੇ ਘਰ ਤਾਂ ਹੁਣ ਸੁੱਖ ਹੈ ਨਾ। ਬੱਲੇ ਬੱਲੇ।